ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਡਾਊਨ 30 ਅਪ੍ਰੈਲ ਤੱਕ ਵਧਾਇਆ ਗਿਆ। ਇਸ ਦੌਰਾਨ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਸਫਾਈ ਕਰਮਚਾਰੀ ਵੀ ਆਪਣਾ ਅਹਿਮ ਯੋਗਦਾਨ ਦੇ ਰਹੇ ਨੇ। ਇਸ ਬਿਮਾਰੀ ਦੀ ਪਰਵਾਹ ਕੀਤੇ ਬਿਨਾਂ ਉਹ ਦਿਨ ਰਾਤ ਸ਼ਹਿਰਾਂ ਮੁਹੱਲਿਆਂ ਵਿੱਚ ਜਾ ਕੇ ਸਫਾਈ ਕਰ ਰਹੇ ਹਨ। ਇਸ ਸੰਕਟ ਸਮੇਂ ਸਫਾਈ ਕਰਮਚਾਰੀਆਂ ਦੀ ਸੇਵਾ ਨੂੰ ਵੇਖਦੇ ਹੋਏ ਮੁਹੱਲਾ ਨਿਵਾਸੀਆਂ ਨੇ ਸਫਾਈ ਕਰਮਚਾਰੀਆਂ ਉੱਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਉਹ ਗਲੀ ਮੁਹੱਲੇ ਵਿੱਚ ਜਾ ਕੇ ਸਫਾਈ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਮਹਾਮਾਰੀ ਨੂੰ ਖਤਮ ਕਰਨ ਲਈ ਉਹਨਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ SDM ਪਾਤੜਾਂ ਡਾਕਟਰ ਪਾਲਿਕਾ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਕਾਰਜ ਸਾਧਕ ਅਫਸਰ ਬਲਜਿੰਦਰ ਕੌਰ ਦੀ ਦੇਖ ਰੇਖ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਸ਼ਹਿਰ ਅੰਦਰ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਸਾਡੇ ਇੱਥੇ ਇੱਕ ਕੋਰੋਨਾ ਦੀ ਬਿਮਾਰੀ ਹੈ, ਬੜੀ ਭਿਆਨਕ ਬਿਮਾਰੀ ਹੈ। ਉਸ ਦੇ ਲੈਵਲ ਦੇ ਵਿੱਚ ਜਿਹੜਾ ਲੋਕਡਾਊਨ ਕੀਤਾ ਗਿਆ ਹੈ, ਇਹ ਸਾਡੇ SDM ਸਾਹਿਬ ਪਾਲਿਕਾ ਅਰੋੜਾ ਜੀ ਨੇ ਬੜਾ ਉਪਰਾਲਾ ਕੀਤਾ ਹੋਇਆ। ਨਗਰ ਕੌਂਸਲ ਵੱਲੋਂ ਸਫਾਈ ਕਰਮਚਾਰੀ ਭੇਜੇ ਗਏ ਨੇ, ਇਹ ਬੜਾ ਦਿਨ ਰਾਤ ਮਿਹਨਤ ਕਰਕੇ ਲੱਗੇ ਹੋਏ ਨੇ। ਇਹ ਬਿਲਕੁਲ ਬੈਠਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੇ, ਸਾਰਾ ਦਿਨ ਕੰਮ 'ਤੇ ਲੱਗੇ ਰਹਿੰਦੇ ਨੇ। ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਅਸੀਂ ਇਹ ਉਪਰਾਲਾ ਕੀਤਾ ਮੁਹੱਲਾ ਨਿਵਾਸੀਆਂ ਵੱਲੋਂ ਵੀ ਬਹੁਤ ਸਫਾਈ ਕਰ ਰਹੇ ਨੇ ਇਹ ਸਾਡੇ ਵਾਰਡ ਨੰਬਰ 14 ਦੇ ਵਿੱਚ। ਬਿਲਕੁਲ ਸਾਰਿਆਂ ਨੂੰ ਚਾਹੀਦਾ ਵੀ ਨਾ ਮਾਨ ਸਨਮਾਨ ਕੀਤਾ ਜਾਵੇ, ਕਿਸੇ ਬਿਮਾਰੀ ਨੂੰ ਨਾ ਦੂਰ ਰੱਖਦੇ ਹੋਏ, ਨਾ ਪਰਵਾਹ ਕਰਦੇ ਹੋਏ ਮੁਹੱਲੇ ਦਿਨ ਰਾਤ ਸੇਵਾ 'ਤੇ ਲੱਗੇ ਹੋਏ ਨੇ। ਹਰ ਇੱਕ ਪੱਖੋਂ ਸਾਰੇ ਪਾਸੇ ਸਫਾਈ ਦਾ, ਸਪਰੇਅ ਦਾ, ਸੈਨੇਟਾਈਜ਼ਰ ਕਰਨ ਵਾਸਤੇ ਦਿਨ ਰਾਤ ਕਰਨ ਦੀ ਵੀ ਲੋੜ ਨਹੀਂ ਪੈਂਦੀ, ਕਿਸੇ ਪਾਸੇ ਬੁਲਾਉਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਲੱਗੇ ਹੋਏ। ਇਹਦੇ ਨਾਲ ਜਿਹੜਾ ਬਿਮਾਰੀ ਨੂੰ ਬਹੁਤ ਕੰਟਰੋਲ ਹੋਊਗਾ, ਜਿੱਥੇ ਵੀ ਸਫਾਈ ਹੋਊਗੀ ਉੱਥੇ ਇਹਦਾ ਪ੍ਰਕੋਪ ਹੈ ਜਿਹੜਾ ਘਟਦਾ ਹੈ। ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਜਿਹੜੀ ਕਰੋਨਾ ਬਿਮਾਰੀ ਪੂਰੇ ਵਿਸ਼ਵ ਦੇ ਵਿੱਚ ਇੱਕ ਮਹਾਂਮਾਰੀ ਦੇ ਰੂਪ ਧਾਰਨ ਕੀਤਾ ਹੋਇਆ ਹੈ, ਇਹਦੇ ਵਿੱਚ ਸਾਡੇ ਪੰਜਾਬ ਦੇ ਅੰਦਰ ਖਾਸ ਕਰਕੇ ਵਿਸ਼ੇਸ਼ ਤੌਰ 'ਤੇ ਪਾਤਰਾਂ ਦੇ ਅੰਦਰ ਨਗਰ ਕੌਂਸਲ ਪਾਤਰਾਂ ਦੇ ਜਿਹੜੇ ਸਫਾਈ ਕਰਮਚਾਰੀ ਨੇ, ਉਹਨਾਂ ਨੂੰ ਬਹੁਤ ਹੀ ਦਿਨ ਰਾਤ ਮਿਹਨਤ ਕਰਕੇ ਆਪਣੀ ਜ਼ਿੰਦਗੀ ਜੋਖਮ 'ਚ ਪਾ ਕੇ ਨੇ ਲੋਕਾਂ ਲਈ ਸਫਾਈ ਕਰ ਰਹੇ ਨੇ। ਉਹਨਾਂ ਸਫਾਈ ਕਰਮਚਾਰੀਆਂ ਨੂੰ ਸਾਡੇ ਮੁਹੱਲੇ ਵੱਲੋਂ ਬਹੁਤ ਹੀ ਸਤਿਕਾਰ, ਸਾਡੇ ਆਗੂ ਸੁਭਾਸ਼ ਗੋਇਲ ਜੀ ਉਹਨਾਂ ਨੂੰ ਉਪਰਾਲਾ ਕੀਤਾ ਔਰ ਉਹਨਾਂ ਦੇ ਸਹਿਯੋਗ ਦੇ ਸਦਕਾ ਅਸੀਂ ਇਹਨਾਂ ਸਫਾਈ ਕਰਮਚਾਰੀਆਂ ਨੂੰ ਸਨਮਾਨ ਕਰ ਰਹੇ ਹਾਂ। ਇਹ ਕੋਈ ਸਨਮਾਨ ਬਹੁਤ ਛੋਟਾ ਸਨਮਾਨ ਹੈ, ਪਰ ਜਿਹੜਾ ਇਹਨਾਂ ਦਾ ਹੌਸਲਾ ਵਾ, ਜਿਹੜਾ ਕਿ ਇਹ ਇੱਕ ਜੋਖਮ ਘੜੀ ਵਿੱਚ ਕੰਮ ਕਰ ਰਹੇ ਨੇ, ਇਹ ਸਭ ਤੋਂ ਵੱਡਾ ਜਿਹੜਾ ਹੈਗਾ ਉਪਰਾਲਾ ਵਾ। ਅਸੀਂ ਪਰਮਾਤਮਾ ਦੀ ਦੁਆ ਕਰਦੇ ਕਿ ਇਹਨਾਂ ਸਿਹਤ ਨੂੰ ਤੰਦਰੁਸਤ ਬਖਸ਼ੇ ਔਰ ਪੂਰੇ ਪਾਤਨਾ ਸ਼ਹਿਰ ਦੇ ਅੰਦਰ ਜਿਹੜੀ ਹੈ ਉਹ ਜਿਹੜੀ ਹੈ ਬਿਮਾਰੀ ਜਿਹੜੀ ਹੈ ਉਹ ਇੱਥੇ ਪੈਰ ਨਾ ਪਸਾਰੇ, ਇਹਨਾਂ ਦੇ ਯੋਗਦਾਨ ਕਾਰਨ ਜਿਹੜਾ ਇਹ ਸਾਰਾ ਕੁਛ ਹੋਇਆ। ਧੰਨਵਾਦ। ਮੈਂ ਜੀ ਸਫਾਈ ਮੀਟਿੰਗ ਜੀ ਨਗਰ ਪਾਲਿਕਾ ਮੈਂ ਆਪਣਾ ਜੀ ਸੇਵਾਦਾਰਾਂ ਨੇ ਮੈਂ ਇੱਕ ਦਿਨ ਮਿਹਨਤ ਇਤਨੀ ਕਰਾ ਰਿਹਾ ਹੂੰ, ਰਾਤ ਦਿਨ 11 ਵਜੇ ਲਗ ਸਫਾਈ ਕਰਾਉਂਦਾ ਹੂੰ ਜੀ। ਆਪੇ ਜੀ ਦੇਖੋ ਬਿਮਾਰੀ ਅਸੀਂ ਉੱਪਰ ਲੈ ਰਹੇ ਹਾਂ, ਸੇਵਾਦਾਰਾਂ ਨੇ ਅਸੀਂ ਇੱਕ ਮਿੰਟ ਵੀ ਨਹੀਂ ਮੈਂ ਟਿਕ ਨਹੀਂ ਦਿੰਦਾ, ਸਫਾਈ ਇਤਨੀ ਕਰ ਰਹੇ ਹਾਂ ਜੀ, ਮੰਤਨ ਇੱਕ ਕਰਕੇ ਦਿਨ ਰਾਤ ਚਲਤਾ ਹੈ ਜੀ ਸਾਡਾ EO ਸਾਹਿਬ, ਆਪਣਾ ਕਮੇਟੀ ਵੱਲੋਂ ਜੀ, ਆਪਣਾ ਇੰਸਪੈਕਟਰ ਜੀਤਾ ਰਾਮ ਬਹੁਤ ਮਿਹਨਤ ਕਰਵਾ ਰਹੇ ਹੈ ਜੀ, ਸਾਥ ਮੈਂ ਵੀ ਰਾਤ ਦਿਨ 11 ਵਜੇ ਲੱਗ ਸਫਾਈ ਕਰਦੇ ਹਾਂ ਜੀ। ਸਾਡਾ ਸੰਯੋਗ ਬਹੁਤ ਵਧੀਆ ਸ਼ਹਿਰ ਮੈਂ ਰਿਹਾ ਜੀ, ਇਸ ਮੇਰੀ ਆਪਣਾ ਸੇਵਾਦਾਰ ਬਹੁਤ ਮਿਹਨਤ ਕਰ ਰਹੇ ਹੈ ਰਾਤ ਦਿਨ ਕਰਕੇ, ਤਾਂ ਕਰਕੇ ਜੀ ਜਗ੍ਹਾ ਜਗ੍ਹਾ ਮਾਲਾ ਪੈ ਰਹੇ ਹੈ, ਕੋਈ ਨੋਟਾਂ ਗੀ ਕੋਈ ਹਾਰਾਂ ਗੀ, ਬਹੁਤ ਸੇਵਾ ਕਰ ਰਹੇ ਹੈ ਜੀ। ਸੱਚ ਤੇ ਪੈਰਾ TV ਲਈ ਬਿਊਰੋ ਰਿਪੋਰਟ।